ਦਾਣੇ ਗੰਡੈਣ ਦਾਣੇ ਜਿਵੇਂ ਤੁਸੀਂ ਆ ਸੁਣ ਸਕਦੇ ਹੋ ਤੁਸੀਂ ਬਾਜ ਇੱਧਰ ਨੂੰ ਕਰਾਂਗੇ ਤਾਂ ਘਟ ਜੂਗੀ ਇੱਧਰ ਨੂੰ ਕਰਾਂਗੇ ਤਾਂ ਵੱਜ ਜੂਗੀ ਹੁਣ ਫੁੱਲ ਤੇਜ਼ ਐਨ ਬਿਲਕੁਲ ਤੇਜ਼ ਆ ਕੀ ਬਣੂ ਪੁਨੀਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਅੱਜ ਫੇਰ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਮੁਰੇ ਹਾਜ਼ਰ ਹਾਂ ਅੱਜ ਤੁਹਾਨੂੰ ਬੋਲਟ ਦੇ ਵਿੱਚ ਦੱਸਾਂਗੇ ਵੀ ਆਰ ਪੀ ਐਮ ਸਲੋ ਕਿਵੇਂ ਹੁੰਦੀ ਹੈ ਕਿਵੇਂ ਬਾਜ ਬਣਦੀ ਹੈ ਉਹ ਦਾਣੇ ਕਿਵੇਂ ਗਿਣਦਾ ਬੋਲਟ ਤੁਹਾਨੂੰ ਦੱਸਾਂਗੇ ਅੱਜ ਸਾਰਾ ਕੁਝ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਹੋਪ ਤੁਹਾਨੂੰ ਵਧੀਆ ਲੱਗੂਗੀ ਵੀਡੀਓ ਆਹ ਖੜਾ ਬੋਲਟ ਆਪਣਾ ਅਤੇ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਆਰ ਪੀ ਐਮ ਸਲੋ ਕਰਕੇ ਸਟਾਰਟ ਕਰ ਲਈਏ ਇਹਨੂੰ ਪਹਿਲਾਂ ਜਿਵੇਂ ਤੁਸੀਂ ਆ ਸੁਣ ਸਕਦੇ ਹੋ ਤੁਸੀਂ ਬਾਜ ਇਹ ਆਰ ਪੀ ਐਮ ਬਹੁਤ ਜ਼ਿਆਦਾ ਆ ਲੇ ਤੁਹਾਨੂੰ ਸਲੋਅ ਦੱਸਦਾ ਇਹ ਆਪਣਾ ਇੰਜਣ ਕੋਲ ਆਹ ਦੇਖੋ ਆਹ ਇੱਧਰ ਨੂੰ ਕਰਾਂਗੇ ਤਾਂ ਘਟ ਜੂਗੀ ਇੱਧਰ ਨੂੰ ਕਰਾਂਗੇ ਤਾਂ ਵੱਜ ਜੂਗੀ ਆਹ ਤੁਹਾਨੂੰ ਸੁ ਕਰਕੇ ਦਿਖਾਉਂਦਾ ਜੇ ਵੀ ਦੇਖੋ ਆਹ ਦੇਖ ਸਕਦੇ ਤੁਸੀਂ ਏਦਾਂ ਆਰ ਪੀ ਐਮ ਸਲੋਅ ਹੋ ਜਾਂਦੀ ਹੈ ਬੋਲਟ ਦੀ ਆਹ ਦੇਖੋ ਹੁਣ ਬਿਲਕੁਲ ਸਲੋਅ ਆ ਬਿਲਕੁਲ ਆਹ ਤੇਜ਼ ਹੋ ਗਈ ਹੁਣ ਆਹ ਦੇਖੋ ਹੁਣ ਫੁੱਲ ਤੇਜ਼ ਐਨ ਬਿਲਕੁਲ ਤੇਜ਼ ਆ ਤੇ ਹੁਣ ਸਲੋਅ ਕਰਦਾ ਮੈਂ ਆ ਦੇਖੋ ਹੁਣ ਬਿਲਕੁਲ ਸਲੋਅ ਐਨ ਬਿਲਕੁਲ ਆ ਦੇਖੋ ਦਾਣੇ ਗਿਣਦੇ ਐਨ ਦਾਣੇ ਬਿਲਕੁਲ ਸਾਇਲੈਂਟ ਬਿਲਕੁਲ ਬੰਦ ਹੋ ਗਿਆ ਹੁਣ ਆਪਣੇ ਆਪ ਹੋਪ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਵੀਡੀਓ ਅਤੇ ਮਿਲਦੇ ਹਾਂ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ